अस्सलामुअलैकुम भाई। भाई वालेकुम अस्सलाम। रोटी मिल जाएगी? होटल भाई मिल जाएगी रोटी, हुक्म करो की खाओगे। मसला ये है कि मेरे को पैसे नहीं है, तुम जेरा काम कहोगे मैं कर दांगा बाद। नहीं नहीं भाई, काम शाम की कोई टेंशन नहीं हैगी, तुम खाना खावो। आइंदा भी जो भी तुम कोई भुख लगी हो ना तो तुम बिना झिझक इतने आके रोटी खाया करनी है, ठीक है? तुम बैठो, मुंडा तुम्हारे वास्ते रोटी लैके आता। और छोटे भाई जो मंगते हैं इन्हों दे जाओ, बैठो तुम। लाला जिहड़ा पहला बंदा आया वा उन्हें भी रोटी खाधी है, तो उन्हें क्या लिख ला, तू लिखे नहीं। आ दूसरा भी रोटी खा गया, आ गया चला गया, उन्हें भी क्या लिख ला, तू ये भी नहीं लिखे, इहदी की वजह? मैनू कोई गल की समझ नहीं तेरी आउंदी, इदां कारोबार चलते नहीं यार। महमूद भाई कारोबार इदां ही चलते आ। पहला बंदा जिहड़ा मेरे को आया सी ना, सामने जिहड़ी अपना मिल ना उत्थे मजदूरी करदा, 20 ਤੋਂ 22 ਹਜ਼ਾਰ ਰੁਪਇਆ ਉਹਦੀ ਯਾਰ ਤਨਖਾਹ ਵਾ। ਘਰ ਆਪਣਾ ਚਲਾਵੇ ਕਿ ਆਪਣਾ ਬਾਹਰ ਰੋਟੀ ਖਾਵੇ। ਬਹੁਤ ਜ਼ਿਆਦਾ ਮਜ਼ਦੂਰ ਇਸੇ ਤਰੀਕੇ ਦੇ ਨਾਲ ਹੀ ਆਉਂਦੇ ਆ। ਮੈਂ ਕਈ ਤਾਂ ਕਹਿੰਦੇ ਆ ਲਿਖ ਲਓ, ਕਈ ਲਿਖਣ ਤੋਂ ਬਗੈਰ ਲਿਖਾਉਣ ਤੋਂ ਬਗੈਰ ਹੀ ਚਲੇ ਜਾਂਦੇ ਆ। ਕਈ ਦੇ ਜਾਂਦੇ ਆ, ਕਈ ਨਹੀਂ ਦਿੰਦੇ ਹੈਗੇ। ਮੰਮੀ ਨੇ ਕਦੀ ਉਹਨਾਂ ਦੇ ਕੋਲੋਂ ਪੁੱਛਿਆ ਹੈਗਾ, ਤੁਹਾਨੂੰ ਯਾਦ ਆ ਆਪਣਾ 2 ਸਾਲ ਪਹਿਲੇ ਮੇਰੇ ਕੋਲ ਇੱਕ ਛੋਟਾ ਜਿਹਾ ਯਾਨੀ ਕਿ ਨਾ ਆਪਣਾ ਤੁਸੀਂ ਦੇਖਿਆ ਸੀਗਾ ਢਾਬਾ ਸੀਗਾ, ਤੇ ਉੱਥੇ ਨਾ ਕੋਈ ਬੰਦਾ ਵੀ ਨਹੀਂ ਸੀ ਆਉਂਦਾ, ਬੜਾ ਗਾਹਕਾਂ ਦਾ ਮੰਦਾ ਹਾਲ ਸੀਗਾ। ਉੱਥੇ ਨਾ ਇੱਕ ਦਿਨ ਮੈਂ ਬੜਾ ਪਰੇਸ਼ਾਨ ਸੀਗਾ ਤੇ ਮੇਰੇ ਕੋਲ ਨਾ ਇੱਕ ਬੰਦਾ ਆਇਆ। ਯਾ ਅੱਲਾ, ਦਿਨ ਬ ਦਿਨ ਯਾ ਅੱਲਾ ਪਾਕ ਕਾਰੋਬਾਰ ਵਧਣ ਦੀ ਬਜਾਏ ਘਟੀ ਜਾਣ ਦਿਆ ਵਾ। ਯਾ ਅੱਲਾ ਪਾਕ ਮੇਰੇ ਤੇ ਕਰਮ ਫਰਮਾ, ਜਾਂ ਕਿਸੇ ਐਸੇ ਬੰਦੇ ਨੂੰ ਭੇਜ ਜਿਹੜਾ ਮੇਰੇ ਕਾਰੋਬਾਰ ਦੇ ਵਿੱਚ ਬਰਕਤ ਦਾ ਜ਼ਰੀਆ ਬਣੇ। ਭਾਈ ਰੋਟੀ ਖਵਾ ਦੇ, ਭੁੱਖ ਲੱਗੀ ਆ। ਉਹ ਜਾ ਇੱਕ ਪਾਪਾ ਕੰਮ ਕਰ, ਅੱਗੇ ਮੰਦਾ ਚੱਲਣ ਦਿਆ ਵਾ, ਅੱਗੇ ਕੁਛ ਪਤਾ ਗਾਹਕ ਨਹੀਂ ਹੈਗਾ, ਉਹ ਤੋਂ ਤੂੰ ਆ ਗਿਆ ਵਾ, ਤੇਰੀ ਮਿਹਰਬਾਨੀ, ਮੈਂ ਆਪ ਬੜਾ ਪਰੇਸ਼ਾਨ ਆ, ਜਾ ਕਿਤੇ ਹੋਰ ਸਿੱਖ ਜਾ ਯਾਰ। ਭੁੱਖ ਨੇ ਰੋਟੀ ਖਵਾ, ਅੱਲਾ ਤੇਰੇ ਕਾਰੋਬਾਰ 'ਚ ਬਰਕਤ ਪਾਊਗਾ। ਅੱਜ ਤੂੰ ਅੱਲਾ ਦੀ ਰਾਹ 1 ਗੁਣਾ ਖਰਚ ਕਰੇਗਾ, ਅੱਲਾ ਤੈਨੂੰ ਉਹਦਾ 70 ਗੁਣਾ ਦੇਊਗਾ। ਹੈ 70 ਗੁਣਾ? ਉਹ ਕਿੱਦਾਂ? ਹਾਂ 70 ਗੁਣਾ, ਅੱਲਾ ਨਾਲ ਕਾਰੋਬਾਰ ਕਰ, ਅੱਲਾ ਤੈਨੂੰ 70 ਗੁਣਾ ਦੇਊਗਾ। ਅੱਲਾ ਨਾਲ ਕਾਰੋਬਾਰ ਕਰਨਾ ਕਦੇ ਘਾਟਾ ਨਹੀਂ ਹੁੰਦਾ। ਉਸ ਦਿਨ ਤੋਂ ਬਾਅਦ ਮਹਿਮੂਦ ਭਾਈ ਮੈਂ ਨਾ ਅੱਲਾ ਪਾਕ ਦੇ ਨਾਲ ਨਾ ਕਾਰੋਬਾਰ ਸ਼ੁਰੂ ਕਰ ਲਿਆ, ਤੇ ਅਲਹਮਦੁਲਿਲਾ ਅੱਲਾ ਪਾਕ ਨੇ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਨਸੀਬ ਕੀਤੀ ਆ ਮੈਨੂੰ। ਅਲਹਮਦੁਲਿਲਾ ਅੱਜ ਇਸ ਆਲੀਸ਼ਾਨ ਹੋਟਲ ਦਾ ਮੈਂ ਮਾਲਕ ਹਾਂ, ਤੇ ਅੱਲਾ ਪਾਕ ਨੇ ਘਰ ਵੀ ਮਾਸ਼ਾਅੱਲਾ ਸੋਹਣਾ ਦਿੱਤਾ ਵਾ। ਸ਼ੁਕਰ ਅਲਹਮਦੁਲਿਲਾ ਅੱਲਾ ਪਾਕ ਨੇ ਕਿਸੇ ਚੀਜ਼ ਦੀ ਥੋੜ੍ਹ ਨਹੀਂ ਛੱਡੀ ਮੈਨੂੰ। ਤੇ ਉਸ ਦਿਨ ਤੋਂ ਬਾਅਦ ਜਦੋਂ ਵੀ ਕੋਈ ਗਰੀਬ ਜਾਂ ਜ਼ਰੂਰਤਮੰਦ ਆਉਂਦਾ ਵਾ ਮੇਰੇ ਕੋਲ ਖਾਣਾ ਖਾਣ ਵਾਸਤੇ, ਮੈਂ ਕਦੀ ਉਹਨੂੰ ਮਨਾ ਨਹੀਂ ਕੀਤਾ ਹੈਗਾ, ਕਿਉਂਕਿ ਮੈਂ ਕਾਰੋਬਾਰ ਹੀ ਅੱਲਾ ਪਾਕ ਦੇ ਨਾਲ ਸ਼ੁਰੂ ਕਰ ਲਿਆ, ਜਿਹਦੇ ਵਿੱਚ ਇੱਕ ਤਾਂ ਅੱਲਾ ਪਾਕ ਦੇ ਨਾਲ ਕਾਰੋਬਾਰ ਆ, ਦੂਸਰਾ ਅੱਲਾ ਪਾਕ ਦੀ ਮਖਲੂਕ ਦੀ ਖਿਦਮਤ ਆ। ਤੇ ਅਲਹਮਦੁਲਿਲਾ ਅੱਲਾ ਪਾਕ ਮੈਨੂੰ ਉਹਨਾਂ ਦੇ ਸਦਕੇ ਹੀ ਯਾਨੀ ਕਿ ਇੰਨਾ ਦੇ ਜਾਣ ਦਿਆ ਕਿ ਅੱਲਾ ਪਾਕ ਨੇ ਇੰਨਾ ਮੈਨੂੰ ਨਿਭਾ ਦਿੱਤਾ ਹੋਇਆ ਵਾ। ਵਾਕਈ ਜ਼ੁਬੈਰ ਭਾਈ, ਬੰਦਾ ਅੱਲਾ ਪਾਕ ਨਾਲ ਕਾਰੋਬਾਰ ਕਰੇ ਨਾ, ਅੱਲਾ ਪਾਕ ਬਹੁਤ ਜਲਦੀ ਬੰਦੇ ਨੂੰ ਨਵਾਜ਼ ਦਿੰਦਾ। ਇਸ ਕਰਕੇ ਅੱਲਾ ਦੀ ਮਖਲੂਕ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਅਤੇ ਭੁੱਖਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਖਾਣਾ ਖਿਲਾਉਣਾ ਚਾਹੀਦਾ। ਦੋਸਤੋ, ਰਿਜ਼ਕ ਸਖਾਵਤ ਦੇ ਵਿੱਚ ਛੁਪਿਆ ਹੋਇਆ ਹੈ, ਲੇਕਿਨ ਅਸੀਂ ਰਿਜ਼ਕ ਨੂੰ ਮਿਹਨਤ ਦੇ ਵਿੱਚ ਤਲਾਸ਼ ਕਰਦੇ ਹਾਂ। ਅਗਰ ਸਾਡਾ ਇਹ ਪੈਗਾਮ ਤੁਹਾਨੂੰ ਚੰਗਾ ਲੱਗਾ ਹੋਵੇ
ਤੇ ਇਹਨੂੰ ਲਾਜ਼ਮੀ ਲਾਈਕ ਤੇ ਸ਼ੇਅਰ ਕਰਨਾ। ਅਸਲਾਮੁ ਅਲੈਕੁਮ ਵਰਹਿਮਤੁਲਾਹੀ ਵਬਰਕਾਤੁਹੂ।